ਇਦਾਂ ਪਹਿਲੀ ਵਾਰ ਹੋਇਆ ਸਾਡੇ ਵਸੋਂ ਬਾਹਰ ਹੋਇਆ ਫੇਰ ਬੱਬਾ ਪਾਰ ਹੋਇਆ ਵੇ। ਹਰ ਕਿਸੇ ਦੀ ਖੁਆਇਸ਼ ਹੁੰਦੀ ਆ ਪਾਕਿਸਤਾਨ ਜਾਣ ਦੀ, ਉੱਥੇ ਜਾ ਕੇ ਲੋਕਾਂ ਨੂੰ ਮਿਲਣ ਦੀ, ਤੁਹਾਡੇ ਦਿਲ ਦੀ ਖੁਆਇਸ਼ ਹੈਗੀ ਆ? ਬਿਲਕੁਲ ਹੈਗੀ, ਉਹ ਵੀ ਇੱਕ ਕੰਟਰੀ ਆ ਜਿਹੜੀ ਪਹਿਲਾਂ ਇਕੱਠੀ ਸੀ ਹੁਣ ਵੱਖਰੀ ਵੱਖਰੀ ਆ। ਸਾਥ ਨੂੰ ਦਿੱਤੇ ਨੇ ਲੁਟਾ, ਹਾਂ ਸਾਥ ਨੂੰ ਦਿੱਤੇ ਨੇ ਲੁਟਾ। ਥੋੜੀ ਜ਼ਿੰਦਗੀ 'ਚ ਰਿਸ਼ਤੇ ਯਾਰੀ ਦੋਸਤ ਨੂੰ ਲੈ ਕੇ ਵੀ ਐਂਡ ਅਪਾਰਟ ਫਰੋਮ ਦਾ ਫਰੈਂਡਸ਼ਿਪ ਆਲਸੋ ਕਿੰਨੇ ਕੁ ਜ਼ਿਆਦਾ ਜ਼ਰੂਰੀ ਆ? ਮੇਰੀ ਲਾਈਫ ਜਿਹੜੀ ਆ ਉਹ ਮੇਰੇ ਮੋਮ ਡੈਡ ਨੂੰ, ਮੇਰੀ ਫੈਮਲੀ ਨੂੰ ਡੈਡੀਕੇਟਡ ਆ। ਮੇਰੇ ਪਹਿਲਾਂ ਦਾਦਾ ਹੀ ਹੁੰਦੇ ਸੀ, ਹੁਣ ਦਾਦਾ ਨਹੀਂ ਹੈਗੇ, ਉਹਨਾਂ ਨੂੰ ਸੀ, ਹੁਣ ਮੇਰੀ ਦਾਦੀ ਆ ਨਾਲ, ਜਾਂ ਮੇਰਾ ਭਰਾ ਆ। ਜਿਹੜਾ ਦੁੱਖ ਵਾਲੀ ਗੱਲ ਹੈ, ਮੈਨੂੰ ਕਿਸੇ ਚੀਜ਼ ਦਾ ਕੋਈ ਦੁੱਖ ਨਹੀਂ ਆ, ਕਿਉਂਕਿ ਮੈਂ ਕਦੀ ਅਲਾਓ ਨਹੀਂ ਕੀਤਾ ਕਿਸੇ ਨੂੰ ਇੱਦਾਂ ਬਾਹਰੋਂ ਮੈਨੂੰ ਦੁੱਖ ਦੇਣ ਵਾਸਤੇ। ਹਾਂ, ਜੇ ਮੈਨੂੰ ਦੁੱਖ ਦੇਣਾ, ਮੈਨੂੰ 1 ਕਰੋੜ ਰੁਪਇਆ ਦਿਨ ਦਾ ਦੇਣਾ ਪਏਗਾ, ਅਤੇ ਇਸ ਕਰਕੇ ਉਹ ਅਫੋਰਡ ਨਹੀਂ ਕਰ ਸਕਦਾ ਕੋਈ, ਫਿਰ ਮੈਨੂੰ ਦੁੱਖ ਨਹੀਂ ਦਿੰਦਾ ਕੋਈ। ਦੂਜੀ ਗੱਲ ਇਹ ਹੁੰਦੀ ਕਿ ਤੁਸੀਂ ਜਦੋਂ ਤੁਹਾਡੀ ਯਾਰੀ ਦੋਸਤੀ ਦੇ ਵਿੱਚ ਨਾ ਸਭ ਤੋਂ ਵੱਡੀ ਗੱਲ ਹੁੰਦੀ, ਤੁਸੀਂ ਨਾ ਕੋਈ ਚੀਜ਼ ਦਾ ਓਹਲਾ ਨਹੀਂ ਰੱਖਦੇ ਹਮੇਸ਼ਾ, ਸੋ ਸਾਡੇ 'ਚ ਕੋਈ ਓਹਲਾ ਨਹੀਂ ਆ। ਜਿਹੜੀ ਗੱਲ ਹੈਗੀ ਉਹ ਹੈਗੀ ਆ, ਮਤਲਬ ਜੇ ਉੱਦਾਂ ਨਹੀਂ ਕਹਿਣੀ 2 ਮਿੰਟ ਬਾਅਦ ਕਹਿ ਦੇਣੀ ਯਾਰ ਇੱਦਾਂ ਵਾ, ਜਿਵੇਂ ਇਹਨਾਂ ਨੇ ਇੱਕ ਫਿਲਮ ਦਾ ਫਿਲਮ ਸਲਾਈ ਕੋਈ, ਮੈਂ ਕਹਿੰਦਾ ਯਾਰ ਮੈਨੂੰ ਨਾ ਇੱਦਾਂ ਲੱਗਦਾ ਤੁਹਾਨੂੰ, ਹੈ ਨਾ? ਸੋ ਔਰ ਚੰਗੀ ਯਾਰੀ ਦੋਸਤੀ ਦੇ ਵਿੱਚ ਇੱਦਾਂ ਚਾਹੀਦਾ ਵੀ ਆ। ਹਾਂ ਦਿਲ ਮੇਰਾ ਕਿੱਧਰ ਗਿਆ, ਦਿਲ ਮੇਰਾ ਕਿੱਧਰ ਗਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਐਂਡ ਇਹ ਕੋਨਵਰਜੇਸ਼ਨ ਬਹੁਤ ਕਮਾਲ ਹੋਏਗੀ ਬਿਕੋਜ਼ ਪੰਜਾਬ ਦੇ ਬੜੇ ਪਿਆਰੇ ਅਤੇ ਬੜੇ ਰੂਹਾਨੀਅਤ ਆਰਟਿਸਟ ਸਾਡੇ ਨਾਲ ਮੌਜੂਦ ਨੇ, ਗੁਰੂ ਰੰਧਾਵਾ ਐਂਡ ਗੁਰਸ਼ਬਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਹੋ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਤੁਹਾਨੂੰ ਇੱਕ ਗੱਲ ਚਲੋ, ਮੈਂ ਹੁਣ ਭਾਈ ਦੇ ਇੱਕ ਸਤਿ ਸ਼੍ਰੀ ਅਕਾਲ ਨੂੰ ਮਨਾ ਜਾਇਆ, ਮੈਂ ਜਦ ਵੀ ਨਾ ਐਵੇਂ ਗੁਰਸ਼ਬਦ ਭਾਜੀ ਵੀ ਹੁਣ ਘੱਟ ਹੱਥ ਲੱਗਦੇ ਆ, ਤੁਸੀਂ ਵੀ ਘੱਟ ਹੱਥ ਲੱਗਦੇ ਹੋ, ਤਾਂ ਹੈ ਤੁਸੀਂ ਦੋਨੋਂ ਹੀ ਰੂਹਦਾਰੀ ਬੰਦੇ ਹੋ, ਜਿੱਦਾਂ ਦਾ ਤੁਸੀਂ ਟੇਸਟ ਰੱਖਦੇ ਹੋ ਮਿਊਜ਼ਿਕ ਦਾ, ਫਿਲਮਸ ਦਾ, ਨੇਚਰ ਦਾ ਸਪੈਸ਼ਲੀ, ਐਂਡ ਇਹ ਕੰਪਲੀਮੈਂਟ ਤੁਹਾਡੇ ਇਸ ਸਵੇਰੇ। ਯਾਰ ਮੈਂ ਭਾਜੀ ਨੂੰ ਮਿਲਿਆ ਸੀ ਸ਼ਾਹਕੋਟ ਦੇ ਲੁੱਕ ਟੈਸਟ ਦੇ, ਔਰ ਉਦੋਂ ਜਦੋਂ ਬੰਦਾ ਪਹਿਲੀ ਵਾਰ ਮਿਲਦਾ ਵਾ, ਬੰਦਾ ਥੋੜ੍ਹਾ ਰਿਜ਼ਰਵ ਜਿਹਾ ਰਹਿੰਦਾ, ਕਹਿੰਦਾ ਯਾਰ ਹੈ ਨਾ, ਪਤਾ ਨਹੀਂ ਬੰਦੇ ਦਾ ਕੀ ਨੇਚਰ ਹੋਇਆ, ਕੀ ਸੁਭਾਅ ਹੋ ਗਿਆ, ਕਿਉਂਕਿ ਮੈਂ ਤਾਂ ਭਾਈ ਦੀਆਂ ਫਿਲਮਾਂ ਦੇਖੀਆਂ ਨੇ ਅਤੇ ਭਾਈ ਨੇ ਮੇਰੇ ਗਾਣੇ ਸੁਣਨਗੇ, ਬਟ ਤੁਹਾਨੂੰ ਪਰਸਨਲੀ ਪਤਾ ਕਿੱਦਾਂ ਦੇ ਆਪਾਂ ਹੈ ਨਾ ਲਾਈਫ ਦੇ ਵਿੱਚ, ਜਾਂ ਉਸ ਪਰਟੀਕੁਲਰ ਦਿਨ ਸਾਡਾ ਮੂਡ ਕੀ ਆ, ਜਾਂ ਉਸ ਪਰਟੀਕੁਲਰ ਦਿਨ ਅਸੀਂ ਕਿਹੜੀ ਸਟੇਜ 'ਤੇ ਹਾਂ ਆਪਣੀ ਲਾਈਫ ਦੇ, ਹੈ ਨਾ, ਸਾਡੇ ਦਿਮਾਗ 'ਚ ਕੀ ਚੱਲ ਰਿਹਾ ਵਾ। ਬਟ ਅਸੀਂ ਪਹਿਲੇ ਦਿਨ ਮਿਲੇ, ਅਸੀਂ ਵਧੀਆ ਮਖੌਲ ਮਖਾਲ ਕੀਤਾ ਇੱਕ ਦੂਜੇ ਨਾਲ, ਕਿਉਂਕਿ ਸਾਡਾ ਏਰੀਆ ਇੱਕ ਆ, ਸਾਡੇ ਪਿੰਡ ਉੱਧਰ ਇੱਕ ਲੱਗ ਜਗੇ ਨੇ, ਸੋ ਸਾਡਾ ਬਹੁਤ ਪਿਆਰ ਪਿਆ। ਫਿਰ ਉਸ ਤੋਂ ਬਾਅਦ ਫਿਲਮ ਦੇ ਦੌਰਾਨ, ਪਰ ਫਿਲਮ ਤੋਂ ਬਾਅਦ ਆਪਾਂ ਜ਼ਿਆਦਾ ਮਿਲੇ ਹਾਂ, ਆਪਾਂ ਫਿਲਮ ਦੇ ਦੌਰਾਨ ਤਾਂ ਘੱਟ ਮਿਲੇ, ਕਿਉਂਕਿ ਫਿਲਮ ਆਪਣਾ ਸ਼ਾਰਟ ਹੁੰਦਾ ਸੀ ਜਾਂ ਸਾਡੇ ਇਕੱਠਿਆਂ ਦਾ ਸ਼ਾਰਟ ਹੁੰਦਾ ਸੀ, ਤਾਂ ਆਪਾਂ ਉਦੋਂ, ਕਿਉਂਕਿ ਫਿਲਮ ਦੇ ਦੌਰਾਨ ਤੁਹਾਡਾ ਦਿਮਾਗ ਹੋਰ ਤਰੀਕੇ ਨਾਲ ਚੱਲ ਰਿਹਾ ਹੁੰਦਾ ਵਾ। ਪਰ ਉਸ ਤੋਂ ਬਾਅਦ ਅਸੀਂ ਹੁਣ ਆਲਮੋਸਟ ਇਟਸ ਬਿਨ 1 ਈਅਰ ਆਪਾਂ ਇੱਕ ਦੂਜੇ ਨੂੰ ਜਾਣਦੇ ਹਾਂ, ਅਤੇ ਆਪਾਂ ਫਿਰ ਇੱਕ ਉਸ ਤੋਂ ਬਾਅਦ ਕੈਨੇਡਾ ਇੱਕ ਹੋਰ ਫਿਲਮ ਸ਼ੂਟ ਕਰਕੇ ਆਏ ਇਕੱਠੇ। ਤੇ ਉਹ ਕੀਤੀ, ਫਿਰ ਉਸ ਤੋਂ ਬਾਅਦ ਭਾਜੀ ਹੁਣ ਮੈਂ ਵੀ ਇੱਧਰ ਆਉਣਾ, ਭਾਜੀ ਵੱਲ, ਭਾਜੀ ਸਾਡੇ ਵੱਲ ਆਉਂਦੇ ਨੇ, ਸੋ ਇੱਕ ਇੱਕ ਬਹੁਤ ਵਧੀਆ ਸਾਡੀ ਫਰੈਂਡਸ਼ਿਪ ਆ। ਇਹ ਇੱਦਾਂ ਦੀ ਦੋਸਤੀ ਆ ਜਿਹ 'ਚ ਕੁਛ ਲੈਣਾ ਦੇਣਾ ਨਹੀਂ ਹੈਗਾ, ਮਤਲਬ ਇੱਕ ਹੁੰਦਾ ਨਾ ਤੁਸੀਂ ਬੜੇ ਡਿਫਰੈਂਟ ਪੁਆਇੰਟ 'ਤੇ ਮਿਲਦੇ ਹੋ ਲਾਈਫ 'ਤੇ ਕਿਸੇ ਨੂੰ, ਇਹ 'ਚ ਹੁੰਦਾ ਆਪਾਂ ਵੀ ਜੋ ਫਰੈਂਡਸ ਆ ਨਾ, ਆਪਾਂ ਭਰਾ ਵਾਂਗੂ ਇੱਕ ਦੂਜੇ ਨੂੰ ਦੁੱਖ ਸੁੱਖ ਫੋਲ ਲਈਦਾ। ਹਾਂ ਹਾਂ, ਕਿਹਦੀ ਕਿਹਦੀ ਚੁਗਲੀ ਚਗਲੀ ਕਰਨੀ ਉੱਥੇ ਕਰ ਲਈਦੀ ਹੈ।
ਆਹੋ ਨਹੀਂ ਪਹਿਲੀ ਗੱਲ ਤਾਂ ਜਿਵੇਂ ਭਾਈ ਨੇ ਉਹ ਦੱਸਤਾ ਕਿ ਅਸੀਂ ਉੱਥੇ ਮਿਲੇ ਸੀ ਪਹਿਲੀ ਵਾਰੀ ਅਤੇ ਅਸੀਂ ਤਾਂ ਮਤਲਬ ਨਹੀਂ ਇੱਕ ਕਲਿੱਕ ਹੋਇਆ ਜਿਵੇਂ ਅਤੇ ਫਿਰ ਹੱਸਣ ਖੇਡਣ ਲੱਗ ਆਹੋ ਹੱਸਣ ਖੇਡਣ ਲੱਗ ਪਏ। ਦੂਜੀ ਗੱਲ ਇਹ ਹੁੰਦੀ ਕਿ ਤੁਸੀਂ ਜਦੋਂ ਤੁਹਾਡੀ ਯਾਰੀ ਦੋਸਤੀ ਦੇ ਵਿੱਚ ਨਾ ਸਭ ਤੋਂ ਵੱਡੀ ਗੱਲ ਹੁੰਦੀ ਤੁਸੀਂ ਨਾ ਕੋਈ ਚੀਜ਼ ਦਾ ਓਹਲਾ ਨਹੀਂ ਰੱਖਦੇ ਹਮੇਸ਼ਾ, ਸੋ ਸਾਡੇ 'ਚ ਕੋਈ ਓਹਲਾ ਨਹੀਂ ਆ, ਜਿਹੜੀ ਗੱਲ ਹੈਗੀ ਉਹ ਹੈਗੀ ਆ। ਮੈਂ ਮਤਲਬ ਜੇ ਉੱਦਾਂ ਨਹੀਂ ਕਹਿਣੀ ਦੋ ਮਿੰਟ 'ਚ ਬਾਅਦ ਕਹਿ ਦੇਣੀ ਯਾਰ ਇੱਦਾਂ ਵਾ, ਜਿਵੇਂ ਇਹਨਾਂ ਨੇ ਇੱਕ ਫਿਲਮ ਫਿਲਮ ਸੁਣਾਈ ਕੋਈ, ਮੈਂ ਕਹਿੰਦਾ ਯਾਰ ਮੈਨੂੰ ਨਾ ਇੱਦਾਂ ਲੱਗ ਰਿਹਾ ਸਾਡਾ, ਹੈ ਨਾ। ਸੋ ਔਰ ਚੰਗੀ ਯਾਰੀ ਦੋਸਤੀ ਦੇ ਵਿੱਚ ਇੱਦਾਂ ਚਾਹੀਦਾ ਵੀ ਆ, ਔਰ ਫਿਲਮ ਦੌਰਾਨ ਵੀ ਅਸੀਂ ਮਿਲੇ ਹਾਂ, ਉਹ ਤੋਂ ਬਾਅਦ 'ਚੋਂ ਬਹੁਤ ਜ਼ਿਆਦਾ ਮਿਲੇ ਹਾਂ, ਔਰ ਜੇ ਤੁਹਾਨੂੰ ਬੌਂਡਿੰਗ ਜਿਹੜੀ ਫਿਲਮ 'ਚ ਵੀ ਵੇਖੂਗੀ, ਕਿਉਂਕਿ ਜਿਹੜਾ ਸਾਡਾ ਸੀਨ ਹੁੰਦਾ ਸੀ ਨਾ ਉਹ ਐਂ ਹੁੰਦਾ ਸੀ, ਅਤੇ ਜਿਹੜੀ ਨੈਕਸਟ ਫਿਲਮ ਕੀਤੀ ਆ ਮੈਨੂੰ ਲੱਗਦਾ ਉਹਦੇ ਵਿੱਚ ਦੋ ਦੋ ਪੇਜ ਦੇ ਡਾਇਲੋਗ ਆ ਸਾਡੇ, ਅਤੇ ਉਹ ਮੈਨੂੰ ਲੱਗਦਾ ਸਿੰਗਲ ਟੇਕ ਹੀ ਹੋਏ ਹੋ ਕਿ ਸਾਨੂੰ ਐਵੇਂ ਲੱਗਦਾ ਸੀ ਜਿਵੇਂ ਕੋਈ ਚੱਕਰ ਹੀ ਨਹੀਂ ਯਾਰ, ਕੋਈ ਗੱਲ ਹੀ ਕੋਈ ਨਹੀਂ। ਐਂਡ ਹੁਣ ਰਿਸ਼ਤੇ ਦੀ ਗੱਲ ਕਰੂੰਗਾ ਕਿ ਗੁਰੂ ਭਾਅ ਜੀ ਜਾਂ ਸ਼ਬਦ ਭਾਅ ਜੀ, ਥੋੜ੍ਹੀ ਜ਼ਿੰਦਗੀ 'ਚ ਰਿਸ਼ਤੇ ਯਾਰੀ ਦੋਸਤ ਨੂੰ ਲੈ ਕੇ ਵੀ ਐਂਡ ਅਪਾਰਟ ਫਰੋਮ ਦਾ ਫਰੈਂਡਸ਼ਿਪ ਆਲਸੋ ਕਿੰਨੇ ਕੁ ਜ਼ਿਆਦਾ ਜ਼ਰੂਰੀ ਆ ਰਿਸ਼ਤੇ, ਕਿ ਜ਼ਿੰਦਗੀ 'ਚ ਨਾ ਇੱਕ ਰਿਸ਼ਤਾ ਜੇ ਸਹੀ ਤੁਹਾਨੂੰ ਮਿਲ ਜਾਵੇ ਨਾ ਤੁਹਾਡੀ ਜ਼ਿੰਦਗੀ 'ਚ ਦੁੱਖ ਜਿੰਨੇ ਮਰਜ਼ੀ ਹੋਣ ਪਰ ਤੁਹਾਨੂੰ ਕਦੀ ਤੁਸੀਂ ਕਦੀ ਸੈਡ ਨਹੀਂ ਹੋ ਸਕਦੇ, ਕਦੀ ਤੁਸੀਂ ਯੂ ਨੋ ਇਮੋਸ਼ਨਲ ਉੱਦਾਂ ਨਹੀਂ ਹੋ ਸਕਦੇ। ਸੀ ਮੇਰੀ ਲਾਈਫ 'ਚ ਯਾਰ ਮੈਂ ਰਿਸ਼ਤੇ ਦੀ ਗੱਲ ਕਰੀਏ, ਮੈਂ ਮੇਰੀ ਲਾਈਫ ਜਿਹੜੀ ਆ ਉਹ ਮੇਰੇ ਮੋਮ ਡੈਡ ਨੂੰ, ਮੇਰੀ ਫੈਮਿਲੀ ਨੂੰ ਡੈਡੀਕੇਟਡ ਆ। ਮੇਰੇ ਪਹਿਲਾਂ ਦਾਦਾ ਹੀ ਹੁੰਦੇ ਸੀ, ਹੁਣ ਦਾਦਾ ਨਹੀਂ ਹੈਗੇ, ਉਹਨਾਂ ਨੂੰ ਸੀ, ਹੁਣ ਮੇਰੀ ਦਾਦੀ ਆ ਨਾਲ, ਜਾਂ ਮੇਰਾ ਭਰਾ ਆ, ਮੇਰੀ ਲਾਈਫ ਆਈ ਥਿੰਕ ਇਹਨਾਂ ਨੂੰ ਡੈਡੀਕੇਟਡ ਆ। ਜਿਹੜੇ ਚਾਰ ਪੰਜ ਬੰਦੇ ਨਾਲ ਹੁੰਦੇ ਸਿਰਫ ਉਹਨਾਂ ਨੂੰ ਮੈਨੂੰ ਜਿਹੜਾ ਦੁੱਖ ਵਾਲੀ ਗੱਲ ਹੈ ਮੈਨੂੰ ਕਿਸੇ ਚੀਜ਼ ਦਾ ਕੋਈ ਦੁੱਖ ਨਹੀਂ ਆ, ਕਿਉਂਕਿ ਮੈਂ ਕਦੀ ਅਲਾਓ ਨਹੀਂ ਕੀਤਾ ਕਿਸੇ ਨੂੰ ਇੱਦਾਂ ਬਾਹਰੋਂ ਮੈਨੂੰ ਦੁੱਖ ਦੇਣ ਵਾਸਤੇ। ਹਾਂ, ਜੇ ਮੈਨੂੰ ਦੁੱਖ ਦੇਣਾ ਮੈਨੂੰ 1 ਕਰੋੜ ਰੁਪਇਆ ਦਿਨ ਦਾ ਦੇਣਾ ਪਏਗਾ, ਅਤੇ ਇਸ ਕਰਕੇ ਉਹ ਅਫੋਰਡ ਨਹੀਂ ਕਰ ਸਕਦਾ ਕੋਈ, ਅਤੇ ਫਿਰ ਮੈਨੂੰ ਦੁੱਖ ਨਹੀਂ ਦਿੰਦਾ ਕੋਈ, ਅਤੇ ਮੈਂ ਰੂਲ ਰੱਖਿਆ ਵਾ। ਅਤੇ ਜੇ ਜਿੱਦਾਂ ਤੁਸੀਂ ਮੈਨੂੰ ਜਿੱਦਾਂ ਤੁਹਾਡਾ ਮਨ ਕਰਿਆ ਤੁਸੀਂ ਮੈਨੂੰ ਦੁੱਖ ਦੇਣਾ ਨਾ, ਤੁਹਾਨੂੰ 1 ਕਰੋੜ ਰੁਪਇਆ ਦਊਂਗਾ ਮੈਂ ਦੁਖੀ ਹੋ ਜਾਵਾਂਗਾ ਤੁਹਾਡੀ ਗੱਲ 'ਤੇ, ਅਤੇ ਜੇ ਤੁਸੀਂ ਨਹੀਂ ਦਊਂਗੇ ਮੈਂ ਅਲਾਓ ਹੀ ਨਹੀਂ ਕਰਾਂਗਾ। ਇਹ ਤਾਂ ਬੰਦਾ ਪੂਜਾ ਬਿਜ਼ਨਸ ਮਾਈਂਡ ਜਿਹੜਾ ਦੁੱਖ ਨੂੰ ਲੈ ਕੇ ਵੀ। ਹਾਂ, ਅਤੇ ਕਿਉਂਕਿ ਲਾਈਫ ਨਾ ਬਹੁਤ ਬਿਊਟੀਫੁਲ ਚੀਜ਼ ਹੈ ਯਾਰ ਲਾਈਫ। ਮੈਂ ਯਾਦ ਕਰਦਾ ਜਦੋਂ ਮੈਂ ਪਹਿਲੇ ਦਿਨ ਪਿੰਡੋਂ ਨਿਕਲਿਆ ਅਤੇ ਅੱਜ ਵੇਖਾਂ ਅਤੇ ਬੜੀ ਮਿਹਰ ਆ ਬਾਬੇ ਦੀ, ਜੇ ਮੈਂ ਅਜੇ ਵੀ ਨਾ ਖੁਸ਼ ਹੋਵਾਂ ਤਾਂ ਮਤਲਬ ਕੁਛ ਗਲਤ ਆ ਮੇਰੇ 'ਚ ਹੀ ਕੁਛ ਗਲਤ ਆ। ਅਤੇ ਫਿਰ ਤੁਹਾਡੀ ਜਰਨੀ ਦੇ ਦੌਰਾਨ ਤੁਹਾਨੂੰ ਦੋਸਤ ਮਿਲਦੇ ਨੇ, ਉਹਨਾਂ ਨਾਲ ਤੁਹਾਡਾ ਪਿਆਰ ਪੈਂਦਾ, ਫਿਰ ਬਹੁਤ ਸਾਰੇ ਦੋਸਤ ਤੁਹਾਨੂੰ ਸਾਲਾਂ ਸਾਲ ਰਹਿੰਦੇ ਨੇ ਫਿਰ ਨਿਕਲ ਜਾਂਦੇ ਨੇ, ਉਹ ਵੀ ਠੀਕ ਆ, ਉਹਨਾਂ ਦਾ ਮਨ ਸੀ ਉਹ ਚਲੇ ਗਏ। ਅਤੇ ਫਿਰ ਕਈ ਦੋਸਤ ਹੁੰਦੇ ਨੇ, ਹੁਣ ਮੈਂ ਅਤੇ ਭਾਅ ਜੀ ਹਾਂ, ਸਾਨੂੰ ਨਹੀਂ ਲੱਗਦਾ ਵੀ ਆਪਾਂ ਕਦੀ ਵੀ ਅੱਜ ਤੋਂ 10 ਸਾਲ ਬਾਅਦ ਵੀ ਆਪਾਂ ਇੱਦਾਂ ਬੈਠੇ ਹੋਵਾਂਗੇ, ਕਿਉਂਕਿ ਸਾਡਾ ਕੋਈ ਸਵਾਰਥ ਨਹੀਂ ਹੈਗਾ, ਸਾਡਾ ਕੋਈ ਇੱਕ ਦੂਜੇ ਤੋਂ ਲਾਲਚ ਨਹੀਂ ਹੈਗਾ। ਅਤੇ ਬਾਕੀ ਜਿਹਨਾਂ ਲਾਲਚ ਵੀ ਉਹ ਵੀ ਕੋਈ ਗੱਲ ਨਹੀਂ, ਉਹ ਇਟਸ ਓਕੇ, ਉਹਦਾ ਆਪਣਾ ਮਾਇੰਡ ਸੈਟ ਆ ਬੰਦੇ ਦਾ। ਅਤੇ ਆਪਾਂ ਫਿਰ ਵੀ ਉਹੀ ਗੱਲ ਆ ਵੀ ਜੇ ਕਿਸੇ ਨੂੰ ਕਦੇ ਵੀ ਹੈਲਪ ਦੀ ਲੋੜ ਆ ਆਪਾਂ ਇੱਥੇ ਹਾਂ, ਹੈ ਨਾ, ਆਪਣੇ ਕਿਸੇ ਨੂੰ ਵੀ ਹੈਲਪ ਦੀ ਲੋੜ ਆ, ਇਟਸ ਆਲ ਰਾਈਟ, ਇਟਸ ਓਕੇ, ਕੋਈ ਤੀਰ ਨਹੀਂ ਮਾਰੇ। ਗੱਲ ਜਿਹੜੀ ਕਰ ਜਾਂਦੀ ਹੋ ਨਾ ਸੱਚੀ ਬੜੀ ਉਹ ਕਨਵਰਸੇਸ਼ਨ ਕਮਾਲ ਹੋ ਜਾਂਦੀ। ਵੈਸੇ ਕੋਈ ਤੀਰ ਨਹੀਂ ਮਾਰੇ ਕਿਸੇ ਨੇ, ਇਹਦਾ ਕਹਿਣ ਦੀਆਂ ਗੱਲਾਂ ਜੋ ਮਰਜ਼ੀ ਆਪਣੇ ਨੂੰ ਦਿਖਾਈ ਜਾਓ, ਉਹ ਤਾਂ ਕੋਈ ਆਪਣੀ ਵਡਿਆਈ ਤਾਂ ਜਿੰਨੀ ਮਰਜ਼ੀ ਕਰੀ ਜਾਓ, ਇੱਦਾਂ ਤਾਂ ਮੇਰੇ ਤੋਂ ਮੈਂ ਗਿਆ ਮੇਰੇ ਤੋਂ ਵੱਡਾ ਹੀ ਨਹੀਂ ਕੋਈ, ਮੈਂ ਉਹ ਹੈਗਾ ਨਹੀਂ, ਉਹ ਸਿਸਟਮ ਨਹੀਂ ਹੈਗਾ। ਰਿਸ਼ਤੇ ਆ ਬੇਸਿਕਲੀ ਆਪਾਂ ਸਾਰੇ ਬੁਨਿਆਦ ਰਿਸ਼ਤਿਆਂ 'ਤੇ ਖੜੀ ਹੁੰਦੀ ਹੈ, ਮੈਨੂੰ ਲੱਗਦਾ ਕਿ ਤੁਸੀਂ ਤਾਂ ਜ਼ਿੰਦਗੀ 'ਚ ਗਰੋ ਕੀਤਾ ਮਿਹਨਤ ਪਲੱਸ ਰਿਸ਼ਤੇ ਆ ਥੋੜ੍ਹੀ ਜ਼ਿੰਦਗੀ। ਬਿਲਕੁਲ ਸਾਰੇ, ਹਰ ਬੰਦਾ ਹੀ ਗਰੋ ਰਿਸ਼ਤਿਆਂ ਨਾਲ ਕਰਦਾ, ਮੈਨੂੰ ਲੱਗਦਾ ਕਿ ਜੇ ਆਪਣੇ ਜ਼ਿੰਦਗੀ 'ਚ ਰਿਸ਼ਤੇ ਕੱਢ ਲਈਏ ਫਿਰ ਆਪਾਂ ਇਕੱਲੇ ਰਹਿ ਜਾਂਦੇ ਹਾਂ, ਔਰ ਉਹਦੇ ਨਾਲ ਨਾਲ ਤੁਹਾਡਾ ਜਦੋਂ ਤੁਸੀਂ ਜ਼ਿੰਦਗੀ 'ਚ ਵਿਚਰਦੇ ਜੋ ਤੁਹਾਨੂੰ ਰਿਸ਼ਤੇ ਉਸਾਰਦੇ ਨੇ ਬੜੇ ਵਧੀਆ ਤਰੀਕੇ ਨਾਲ। ਸੋ ਮੈਨੂੰ ਲੱਗਦਾ ਕਿ ਰਿਸ਼ਤੇ ਹੀ ਇੰਪੋਰਟੈਂਟ ਨੇ, ਕਿਉਂਕਿ ਤੁਹਾਨੂੰ ਭੈਣਾਂ ਭਰਾਵਾਂ ਦੇ, ਯਾਰਾਂ ਦੋਸਤਾਂ ਦੇ ਕੋਈ ਵੀ ਰਿਸ਼ਤਾ, ਰਾਹ ਜਾਂਦੇ ਬੰਦੇ ਨਾਲ ਵੀ ਤੁਹਾਡਾ ਕੋਈ ਰਿਸ਼ਤਾ ਬਣ ਜਾਂਦਾ। ਕਈ ਵਾਰੀ ਤੁਸੀਂ ਬੱਸ 'ਚ ਵੀ ਬੈਠੇ ਹੋਵੋ ਨਾ ਅਤੇ ਨਾਲ ਦੇ ਬੰਦੇ ਨਾਲ ਗੱਲ ਕਰੀਏ, ਉਹਦੇ ਨਾਲ ਇੱਕ ਰਿਸ਼ਤਾ ਜਿਹਾ ਬਣ ਜਾਂਦਾ ਕਿ ਯਾਰ ਬੰਦਾ ਠੀਕ ਸੀ ਯਾਰ, ਉਹਦੀ ਗੱਲ ਕਦੀ ਕਦੀ ਚੇਤੇ ਆਉਂਦਾ। ਸੋ ਮੈਨੂੰ ਲੱਗਦਾ ਇਹ ਬੰਦਾ ਇੱਕੋ ਵਾਰੀ ਜ਼ਿੰਦਗੀ 'ਚ ਆਇਆ ਅਤੇ ਇੱਕੋ ਵਾਰੀ ਹੀ ਆਉਣਾ ਵਾ, ਦੂਜੀ ਗੱਲ ਹੀ ਕੋਈ ਨਹੀਂ, ਉਹ ਜੀ ਲੈਣੀ ਚਾਹੀਦੀ ਬਸ। ਐਂਡ ਗੁਰੂ ਵੀਰੇ, ਸ਼ਾਹਕੋਟ ਵਿੱਚ ਕੋਨਸੈਪਟ ਲਹਿੰਦੇ ਚੜ੍ਹਦੇ ਪੰਜਾਬ ਦਾ ਆਇਆ, ਹੈ ਨਾ,
ਐਂਡ ਇੱਕ ਸਵਾਲ ਪੁੱਛਣਾ ਚਾਹੂੰਗਾ ਹਰ ਇੱਕ ਆਰਟਿਸਟ ਨਾਲ ਬਾਈ, ਜਿੰਨਾ ਵੀ ਅਸੀਂ ਬਹਿੰਦੇ ਹਾਂ ਨਾ, ਹਰ ਕਿਸੇ ਦੀ ਖੁਆਇਸ਼ ਹੁੰਦੀ ਆ ਪਾਕਿਸਤਾਨ ਜਾਣ ਦੀ, ਉੱਥੇ ਜਾ ਕੇ ਲੋਕਾਂ ਨੂੰ ਮਿਲਣ ਦੀ, ਥੋੜ੍ਹੇ ਦਿਲ ਦੀ ਖੁਆਇਸ਼ ਹੈਗੀ ਆ ਯਾਰ? ਬਿਲਕੁਲ ਹੈਗੀ, ਉਹ ਵੀ ਇੱਕ ਕੰਟਰੀ ਆ ਜਿਹੜੀ ਪਹਿਲਾਂ ਇਕੱਠੀ ਸੀ ਹੁਣ ਵੱਖਰੀ ਵੱਖਰੀ ਆ, ਅਤੇ ਖੁਆਇਸ਼ ਇਟਸ ਇਹ ਉਹੀ ਖੁਆਇਸ਼ ਆ ਵੀ ਯਾਰ ਜਦੋਂ ਸਾਰੇ ਜਾਣਗੇ ਉਦੋਂ ਆਪਾਂ ਵੀ ਚੱਲ ਜਾਵਾਂਗੇ, ਅਤੇ ਪਰ ਉਹ ਵਾਲੀ ਗੱਲ ਉਹ ਸਰਕਾਰਾਂ ਦੇ ਹੱਥਾਂ 'ਚ ਆ, ਬਟ ਸਾਡਾ ਇਹ ਫਰਜ਼ ਤਾਂ ਬਣ ਸਕਦਾ ਕਿ ਆਪਾਂ ਸਿਨੇਮੇ ਦੇ ਥਰੂ ਆਪਾਂ ਪਿਆਰ ਵਿਖਾ ਸਕੀਏ, ਸਿਨੇਮੇ ਦੇ ਥਰੂ ਆਪਾਂ ਇੱਦਾਂ ਦਾ ਮੈਸੇਜ ਦੇ ਸਕੀਏ ਕਿ ਯਾਰ ਜੇ ਕੱਲ੍ਹ ਨੂੰ ਆਪਾਂ ਉੱਥੇ ਜਾਈਏ ਵੀ ਜਾਂ ਉਹ ਇੱਥੇ ਰਹਿਣ ਅਤੇ ਉਹਨਾਂ ਨੂੰ ਓਪਰਾ ਨਾ ਲੱਗੇ, ਹੈ ਨਾ? ਉਹ ਵੈਸੇ ਵੀ ਮਿਲਦਾ ਪਿਆਰ ਤਾਂ ਬਹੁਤ ਜ਼ਿਆਦਾ ਵਾ ਦੋਵਾਂ ਕੰਟਰੀਆਂ 'ਚ, ਅਤੇ ਅਸੀਂ ਉਹੀ ਚੀਜ਼ ਵਿਖਾਉਣ ਦੀ ਕੋਸ਼ਿਸ਼ ਕੀਤੀ ਅਸੀਂ। ਕੋਮੈਂਟਸ ਬਾਈ ਪਾਕਿਸਤਾਨ ਮੈਂ ਸਾਰਾ ਹੀ ਲਾਹੌਰ ਹੋ ਜਾਵੇ, ਉਹ ਸਾਰੇ ਡਿਮਾਂਡ ਕਰਦੇ ਆ। ਮੈਂ ਤੁਹਾਡੇ ਕਮੈਂਟ ਪੜ੍ਹਦਾ, ਗੁਰੂਨਵਾ ਲਿਆਓ, ਫਿਰ ਕਹਿੰਦੇ ਕਦੀ ਔਜਲੇ ਨੂੰ ਬੁਲਾਓ, ਕਦੀ ਕਹਿੰਦੇ ਕਦੀ ਕਿਸੇ ਨੂੰ, ਤੁਸੀਂ ਵੀ ਆਪ ਓਬਜ਼ਰਵ ਕੀਤਾ ਨਾ ਬਾਈ, ਆਈ ਥਿੰਕ ਜਿਨ੍ਹਾਂ ਨਾਲ ਬਹਿਣਾ ਵਾ ਹਰ ਕਿਸੇ ਦੀ ਖੁਆਇਸ਼ ਦਿਲ ਤੋਂ ਹੁੰਦੀ ਹੈ ਕਿ ਯਾਰ ਅਸੀਂ ਜਾਈਏ। ਬਿਲਕੁਲ ਸਾਰਿਆਂ ਦੀ ਹੁੰਦੀ ਹੈ ਕਿਉਂਕਿ ਆਪਣੀ ਪੰਜਾਬੀ ਬੋਲਦੇ ਇਲਾਕੇ ਨੇ ਸਾਰੇ ਹੀ, ਸੋ ਜਦੋਂ ਉਹੀ ਗੱਲ ਹੈ ਜਦੋਂ ਸਾਰੇ ਜਾਣਗੇ ਅਸੀਂ ਵੀ ਜਾਵਾਂਗੇ। ਐਂਡ ਡੈਫੀਨੇਟਲੀ ਵੀਰੇ ਥੈਂਕ ਯੂ ਸੋ ਮਚ ਫੋਰ ਦਾ ਲਵਲੀ ਕੋਨਵਰਸੇਸ਼ਨ। ਗਾਣਾ ਸੁਣੇ ਬਿਨਾਂ ਮੈਂ ਕੋਨਵਰਸੇਸ਼ਨ ਐਂਡ ਨਹੀਂ ਕਰਨਾ, ਤਾਂ ਤੁਹਾਡੇ ਦੋਨਾਂ ਦਾ ਡੁਏਟ ਪਤਾ ਨਹੀਂ ਮੁੜ ਕੇ ਕਦੋਂ ਹੱਥ ਲੱਗੋ ਕਦੋਂ ਨਾ ਲੱਗੋ, ਤਾਂ ਲੈ ਲਈਏ ਫਾਇਦਾ ਜਿਹਨਾਂ ਲੈ ਸਕਦੇ ਆਪਾਂ। ਇੱਦਾਂ ਪਹਿਲੀ ਵਾਰ ਹੋਇਆ ਸਾਡੇ ਵੱਸੋਂ ਬਾਹਰ ਹੋਇਆ, ਫਿਰ ਪੱਬਾਂ ਪਾਰ ਹੋਇਆ ਵੇ, ਸਾਥ ਨੂੰ ਦਿੱਤੇ ਨੇ ਲੁਟਾ, ਹਾਂ ਸਾਥ ਨੂੰ ਦਿੱਤੇ ਨੇ ਲੁਟਾ, ਹਾਂ ਦਿਲ ਮੇਰਾ ਕਿੱਧਰ ਗਿਆ, ਦਿਲ ਮੇਰਾ ਕਿੱਧਰ ਗਿਆ।